watch more videos, please subscribe Wasm Entertainment and ring the bell for the notification. ਜੀ ਮੈਂ ਤੁਹਾਡਾ ਆਪਣਾ ਇੰਡੀ ਬਲਿੰਗ ਬਾਈ ਜੀ ਸੋ ਪਹੁੰਚ ਚੁੱਕੇ ਹਾਂ ਜੀ ਮੈਲਬਰਨ ਦੇ ਵਿੱਚ। ਸੋ ਅੱਜ ਸਾਡਾ ਤੀਸਰਾ ਦਿਨ ਆ ਅਤੇ ਮੇਰੇ ਸਾਰੇ ਆਰਟਿਸਟ ਇੱਥੇ ਪਹੁੰਚ ਚੁੱਕੇ ਨੇ ਅਤੇ ਇੱਕ ਸਿੰਗਰ ਸਾਡਾ ਕੱਢ ਕੇ ਅੱਜ ਰਾਤ ਨੂੰ ਇੱਥੇ ਪਹੁੰਚ ਜਾਣਗੇ। ਸੋ ਅਸੀਂ ਥੈਂਕਸ ਕਰਦੇ ਹਾਂ ਬਾਈ ਗਿੱਲ ਈਲ ਵਾਲੀਏ ਬਾਈ ਹੁਣਾਂ ਦਾ ਅਤੇ ਗੁਰਵਿੰਦਰ ਭੁੱਲਰ ਵੀਰ ਹੁਣਾਂ ਦਾ, ਦੀਪ ਭੱਟੀ ਬਾਈ ਹੁਣਾਂ ਦਾ, ਰੋਬਨ ਵੀਰ ਹੁਣਾਂ ਦਾ, ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਅਤੇ ਉਸ ਤੋਂ ਬਾਅਦ ਹਰਮਨ ਚੀਮਾ ਜਿਹੜੇ ਆ, ਤਕਰੀਬਨ ਮੈਨੂੰ ਸਾਰਿਆਂ ਨੇ ਕਿਹਾ ਜੀ ਵੀ ਹਰਮਨ ਚੀਮਾ ਵੀ ਇੱਥੇ ਪਹੁੰਚ ਚੁੱਕਿਆ ਅਤੇ ਮੈਨੂੰ ਤਾਂ ਕਾਫੀ ਕਾਲਾਂ ਆਈਆਂ ਨੇ। ਅਤੇ ਬਾਈ ਜੀ ਹਰਮਨ ਚੀਮਾ ਤੁਹਾਡੇ ਕੋਲ ਪਹੁੰਚ ਚੁੱਕਿਆ ਅਤੇ ਹਰਮਨ ਚੀਮੇ ਨੂੰ ਮੈਂ ਕਹੂੰਗਾ ਵੀ ਇੱਕ ਗਾਣਾ ਸੁਣਾ ਦੇ। ਯੈਸ 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 ਗਾਇਸ ਪਹੁੰਚ ਆ ਤੇਰੀ। ਯੈਸ 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 ਮੈਂ ਸੁਣਾਉਣ ਲੱਗਿਆ ਜੀ ਅਤੇ ਗਾਣਾ ਘੈਂਟ ਗਾਣਾ, ਵਧੀਆ ਗਾਣਾ ਜੀ। ਹੋ ਅਚਾਨਕ ਨਹੀਂ ਆਉਂਦਾ ਕਦੇ ਚੜ ਕੇ, ਉਹ ਪਹਿਲਾਂ ਹੁਸ਼ਿਆਰ ਕਰਦਾ, ਉਹ ਭਾਵੇਂ ਨਾਸਾ ਵਾਲਿਆਂ ਤੋਂ ਪੁੱਛ ਲਈ, ਉਹ ਚੀਮਾ ਕਿੱਥੋਂ ਦਾ ਕਮਾਰ ਕਰਦਾ। ਹਾਂਜੀ, ਲਵ ਯੂ ਆਲ ਜੀ, ਥੈਂਕ ਯੂ ਸੋ ਮਚ। ਬਹੁਤ ਵਧੀਆ ਲੱਗਦਾ ਚੀਮਾ ਮੈਲਵਨ ਤੇ ਵਾਰ ਕਰਦਾ, ਬਹੁਤ ਵਧੀਆ ਲੱਗਦਾ ਜੀ ਆਪਣੇ ਵੱਡੇ ਭਰਾ ਪ੍ਰਦੀਪ ਜੀ। ਟੂ ਵਾਚ ਮੋਰ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਵਾਸਮ ਐਂਟਰਟੇਨਮੈਂਟ ਐਂਡ ਰਿੰਗ ਦਾ ਬੈਲ ਫॉर ਦਾ ਨੋਟੀਫਿਕੇਸ਼ਨ। ਬਹੁਤ ਪਿਆਰ ਮਿਲ ਰਿਹਾ ਜੀ, ਉੱਥੇ ਪਹੁੰਚੇ ਆ ਜੀ, ਇੱਥੇ ਮੈਲਬੋਰਨ ਦੇ ਵਿੱਚ ਬੜਾ ਪਿਆਰ ਦੇ ਰਿਹਾ ਜੀ ਸਾਰੇ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਪ੍ਰਮੋਟਰਾਂ ਦਾ, ਸਾਡੇ ਇੰਦੀ ਵੀਰੇ ਦਾ, ਗਿੱਲ ਭਾਜੀ ਦਾ, ਗਿੱਲ ਈਲ ਵਾਲੇ ਯਾਰ ਭਾਜੀ, ਗੁਰਵਿੰਦਰ ਭੁੱਲਰ ਭਾਜੀ ਅਤੇ ਵੱਡਾ ਭਾਜੀ ਇੱਧਰ ਖੜਾ ਜੀ ਸਾਡਾ, ਅਤੇ ਭੱਟੀ ਵੀਰੇ ਹੁਣਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਥੈਂਕ ਯੂ ਆ। ਪੂਰਾ ਇੰਜੋਏ ਕਰ ਰਹੇ ਹਾਂ, ਸਵੇਰ ਦੇ ਅਸੀਂ ਘੁੰਮੀ ਜਾਂਦੇ ਹਾਂ ਅੱਜ, ਨਜ਼ਾਰਾ ਲਿਆਂਦਾ ਪਿਆ। ਅਤੇ ਆਹ ਦੇਖੋ ਪਿੱਛੇ ਹਮਰਾ ਖੜੀਆਂ ਜੀ ਸਾਡੀਆਂ ਦੋ ਤਿੰਨ, ਅਸੀਂ ਹਮਰਾ 'ਚ ਘੁੰਮ ਰਹੇ ਹਾਂ ਜੀ, ਸਾਨੂੰ ਤਿੰਨ ਤਿੰਨ ਹੋ ਗਏ, ਸਨ ਰੂਫ ਖੋਲ੍ਹ ਕੇ ਉੱਪਰੋਂ ਅਤੇ ਚੀਮੇ ਨੂੰ ਉੱਪਰ ਚੜਾਇਆ ਸੀ ਸਵੇਰ ਦਾ। ਯੈਸ ਯੈਸ ਯੈਸ, ਪੂਰਾ ਸਵਾਦ ਲੈ ਰਹੇ ਹਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਇੰਨਾ ਪਿਆਰ ਦਿੱਤਾ, ਬਹੁਤ ਬਹੁਤ ਧੰਨਵਾਦ। ਸੋ ਇੱਕ ਜਿਹੜੀ ਜ਼ਰੂਰੀ ਅਨਾਊਂਸਮੈਂਟ ਹੈ ਉਹ ਇਹ ਆ ਕਿ 7 ਤਰੀਕ ਨੂੰ ਆਪਣੇ ਮੈਲਬੋਰਨ ਦੇ ਵਿੱਚ ਹੈਰੀਟੇਜ ਐਪਿਕ ਦੇ ਵਿੱਚ 7 ਤਰੀਕ ਨੂੰ ਸਾਡਾ ਪ੍ਰੋਗਰਾਮ ਹੋ ਰਿਹਾ। ਸੋ ਸਾਰਿਆਂ ਨੇ 7 ਤਰੀਕ ਨੂੰ ਹੁੰਮ ਹੁੰਮਾ ਕੇ ਪਹੁੰਚਣਾ ਜੀ, ਜਿੰਨੇ ਵੀ ਆ ਛੋਟੇ ਬਜ਼ੁਰਗ ਵੱਡੇ ਸਾਰੇ ਨੇ, ਫੈਮਿਲੀ ਸਮੇਤ ਆਉਣਾ ਜੀ, ਇੱਕ ਫੈਮਿਲੀ ਪੈਕੇਜ ਆ ਜੀ ਸਾਰਾ, ਅਤੇ ਸਾਰਿਆਂ ਨੇ ਇੱਥੇ ਪਹੁੰਚਣਾ। ਸੋ ਸਾਡਾ ਤੁਹਾਨੂੰ, ਸਾਡੀਆਂ ਪਲਕਾਂ ਇੰਤਜ਼ਾਰ ਕਰਨਗੀਆਂ ਜੀ, ਆਪਾਂ ਤੁਹਾਡੇ ਫੈਨ ਆ ਜੀ, ਲਵ ਯੂ ਤੁਹਾਨੂੰ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ ਜੀ। ਥਾਰ ਥੂਰ ਕਰਤੀ ਰਿਟਾਇਰ ਜੱਟ ਨੇ, ਧਾਮੀ ਬਿੱਲੋ ਛੱਡੇ ਨਹੀਂ ਉਹ ਪੈਰ ਜੱਟ ਨੇ, ਉਹ ਪਿੱਛੇ ਲਾਇਆ ਪਿਆ ਤੇਰਾ ਸ਼ਹਿਰ ਜੱਟ ਨੇ, ਉਹ ਮੇਰੇ ਨਾਲ ਵਾਦੇ ਦਿਲ ਦੀ ਅਟਾਰਨੀ, ਮੁੱਛਾਂ ਨਾਲੋਂ ਵੱਧ ਕੇ ਸੰਭਾਲ ਰੱਖੂਗਾ, ਇੱਕ ਦਾ ਬਣਾ ਕੇ ਤੈਨੂੰ ਵਾਲ ਰੱਖੂਗਾ, ਬੱਤੀ ਬੋਰ ਵਾਂਗੂ ਨਾਲ ਨਾਲ ਰੱਖੂਗਾ, ਉਹ ਇੱਕ ਦਾ ਬਣਾ ਕੇ ਤੈਨੂੰ ਵਾਲ ਰੱਖੂਗਾ, ਬੱਤੀ ਬੋਰ ਵਾਂਗੂ ਨਾਲ ਨਾਲ ਰੱਖੂਗਾ। ਲਵ ਯੂ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਮੇਰਾ ਵੀਰ ਗਿੱਲ ਵੀਰਾ, ਕਿਉਂਕਿ ਜੁੜਨ ਲੱਗ ਗਿਆ ਆਪਣੇ ਦੋਸਤ ਹੋਰ, ਤੁਸੀਂ ਬਾਈ ਸੁਣਾਇਆ ਜਾਵੇ। ਚੀਮਾ ਸਾਹਿਬ ਨੂੰ ਮੈਂ ਕਹੂੰਗਾ ਵੀ ਚੀਮਾ ਸਾਹਿਬ ਵੀ ਇੱਕ ਸਭ ਤੋਂ ਵੱਡੀ ਗੱਲ ਵੀ ਤੁਹਾਨੂੰ ਇੱਥੇ ਆਸਟ੍ਰੇਲੀਆ ਆ ਕੇ ਵੀ ਜਿਵੇਂ ਗਿੱਲ ਫੈਮਿਲੀ ਦੇ ਨਾਲ ਆਪਾਂ ਮਿਲੇ ਆ, ਰੋਬਨ ਵੀਰ ਹੋਣੀ ਭੱਟੀ ਫੈਮਿਲੀ ਦੇ ਨਾਲ ਮਿਲੇ ਆ, ਭੁੱਲਰ ਸਾਹਿਬ ਫੈਮਿਲੀਆਂ ਦੇ ਨਾਲ ਆਪਾਂ ਹਜੇ ਮਿਲਣਾ ਆ, ਕਿਉਂਕਿ ਭੁੱਲਰ ਸਾਹਿਬ ਨੇ ਸਾਨੂੰ ਵਾਅਦਾ ਕਰਿਆ ਵੀ ਘਰੇ ਲੈ ਕੇ ਜਾਣਾ, ਇਹ ਗੱਲ ਅਸੀਂ ਲਾਈਵ ਤੇ ਪੱਕਾ ਕਰਾ ਰਹੇ ਹਾਂ, ਤਾਂ ਕਰਕੇ ਸਾਰੀਆਂ ਫੈਮਿਲੀਆਂ ਨੂੰ ਮਿਲਣਾ, ਭੁੱਲਰ ਸਾਹਿਬ ਦੀ ਫੈਮਿਲੀ ਨੂੰ ਮਿਲਣਾ। ਸੋ ਇੱਥੇ ਸਭ ਤੋਂ ਪਹਿਲਾਂ ਆ ਕੇ ਤੁਹਾਨੂੰ ਕੀ ਲੱਗਿਆ ਜੋ ਇਹ ਸਭ ਗਿੱਲ ਸਾਹਿਬ ਦੀ ਬਦੌਲਤ ਇੱਥੇ ਆਪਾਂ ਇੱਥੇ ਸਿੱਖਿਆ? ਮੈਨੂੰ ਬਹੁਤ ਚੰਗਾ ਲੱਗਿਆ ਕਿ ਪੰਜਾਬੀ ਭਰਾ ਇੱਥੇ ਤਰੱਕੀ ਕਰਦੇ ਆ ਜੀ, ਬਹੁਤ ਵਧੀਆ ਲੱਗਿਆ। ਭਾਜੀ ਸਾਰੇ ਜਿੰਨੇ ਵੀ 3-4 ਫੈਮਿਲੀਆਂ ਰਹਿੰਦੀਆਂ ਨੇ ਇੱਥੇ, ਬਹੁਤ ਪਿਆਰ ਨਾਲ ਰਹਿੰਦੇ ਆ ਜੀ, ਏਦਾਂ ਹੀ ਪਿਆਰ ਨਾਲ ਰਹਿਣਾ ਚਾਹੀਦਾ ਆ। ਸੋ ਪਿਆਰ, ਪਿਆਰ ਦੀ ਲੋੜ ਹੈ ਜੀ, ਸੋ ਏਦਾਂ ਹੀ ਪਿਆਰ ਨਾਲ ਰਹਿਣਾ ਚਾਹੀਦਾ, ਬਹੁਤ ਚੰਗੀ ਗੱਲ ਆ ਜੀ। ਮਿਹਨਤ ਕਰਦੇ ਆ ਜੀ ਇੱਥੇ ਸਾਰੇ ਜਿੰਨੇ ਵੀ ਸਟੂਡੈਂਟਸ ਨੇ ਇੱਥੇ, ਮੁੰਡੇ ਜਿੰਨੇ ਵੀ ਆ ਤੇ ਜਿੰਨੀਆਂ ਵੀ ਫੈਮਿਲੀਆਂ ਸਾਰੇ, ਟੂ ਵਾਚ ਮੋਰ ਵੀਡੀਓਜ਼ ਜੇ ਪਲੀਜ਼ ਸਬਸਕ੍ਰਾਈਬ ਵਾਸਮ ਐਂਟਰਟੇਨਮੈਂਟ ਐਂਡ ਰਿੰਗ ਦਾ ਬੈਲ ਫॉर ਦਾ ਨੋਟੀਫਿਕੇਸ਼ਨ। ਉੱਥੇ ਰਹਿ ਕੇ ਨਹੀਂ ਪਾਈਆਂ ਜਾਂਦੀਆਂ, ਤੁਹਾਡੇ ਕਰਕੇ ਪੰਜਾਬ ਆ, ਤੁਹਾਡੇ ਕਰਕੇ ਅਸੀਂ ਆ, ਲਵ ਯੂ ਆ ਜੀ ਤੁਹਾਨੂੰ ਸਾਰੇ, ਸਲੂਟ ਹੈ ਜੀ। ਸੋ ਇੱਕ ਵਾਰ ਸਲੇਟੀਆਂ ਗਾਣਾ ਜ਼ਰੂਰ ਸੁਣਾ। ਹਾਂ, ਲਾਸਟ ਜੇ ਤੂੰ ਕਰ ਚੱਲੀ ਮੈਨੂੰ ਬਰਬਾਦਿਆ, ਹੋ ਤੇਰੇ ਕਾਰਨਾਮੇ ਕੱਲੇ ਕੱਲੇ ਆ ਦਿਆ, ਹੋ ਕਰ ਦੂੰ ਮੈਂ ਲੀਕ ਗੱਲਾਂ ਸਾਰੀਆਂ ਲਪੇਟੀਆਂ ਚੇਤਿਆ, ਉਹ ਮੈਨੂੰ ਚੇਤਿਆ ਤੂੰ ਛੋਟੀ ਹੁੰਦੀ ਖਾਂਦੀ ਸੀ ਸਲੇਟੀਆਂ ਚੇਤਿਆ। ਥੈਂਕ ਯੂ ਵੀਰੇ, ਲਵ ਯੂ। ਬਾਈ ਪ੍ਰਦੀਪ ਜਿੰਦ ਨੂੰ ਵੀ ਕੋਈ ਹੋ ਜੇ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਅੱਛਾ, ਕੋਈ ਹੋਰ ਗਾਣਾ? ਹਾਂਜੀ ਹਾਂਜੀ, ਮੈਂ ਜਾ ਰਹੀ ਹਾਂ ਜੀ। ਯਾ ਯਾ, ਓਲਾ ਦੂਜਾ ਕਲਾਕਾਰ ਬਣ ਜਾ। ਅੱਛਾ ਹਾਂਜੀ, ਜਰੂਰ ਜਰੂਰ, ਮੇਰੇ ਵਾਸਤੇ ਆ ਜੀ ਗਾਣਾ ਉਹ, ਇਹਨੂੰ ਮੈਂ ਦੇਖ ਕੇ ਬਹੁਤ ਗਾਣਾ ਉਹਨਾਂ ਨੇ ਇਹਦਾ। ਹੂੰ, ਉਹ ਬਾਪੂ ਤੇਰੇ ਪੁੱਤ ਨੇ ਸਟਾਰ ਬਣ ਜਾਣਾ,
ਬਾਬੇ ਨੇ ਕਿਰਪਾ ਕੀਤੀ ਆ ਜੀ ਇਸ ਬੰਦੇ ਤੇ। ਇਹ ਬੰਦਾ ਸਿਆਣੇ ਕਹਿੰਦੇ ਹੁੰਦੇ ਆ ਕੱਖਾਂ ਤੋਂ ਲੱਖ, ਲੱਖ ਤੋਂ ਕੱਖ, ਇਹ ਬੰਦਾ ਕੱਖ ਤੋਂ ਲੱਖ ਬਣਿਆ ਜੀ ਅੱਜ ਉਰੇ ਪਹੁੰਚਿਆ ਮੇਰੇ ਹਿਸਾਬ ਨਾਲ। ਬਾਪੂ ਤੇਰੇ ਪੁੱਤ ਨੇ ਸਟਾਰ ਬਣ ਜਾਣਾ ਏ, ਨੌਕਰੀ ਤਾਂ ਹੈ ਨੀ ਕਲਾਕਾਰ ਬਣ ਜਾਣਾ ਏ, ਖੋਟਾ ਸਿੱਕਾ ਦਿਨਾਂ ਚ ਹਜ਼ਾਰ ਬਣ ਜਾਣਾ ਏ। ਬਾਪੂ ਤੇਰੇ ਪੁੱਤ ਨੇ, ਡੈਡੀ ਤੁਹਾਡੇ ਪੁੱਤ ਨੇ ਸਟਾਰ ਬਣ ਜਾਣਾ ਏ, ਨੌਕਰੀ ਤਾਂ ਹੈ ਨੀ ਕਲਾਕਾਰ ਬਣ ਜਾਣਾ। ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੀ, ਬਈ ਮੈਂ ਕਿਸੇ ਬਹੁਤ ਵੱਡੇ ਆਰਟਿਸਟ ਦੀ ਮੈਂ ਇੰਟਰਵਿਊ ਦੇਖੀ ਸੀਗੀ, ਕਿਉਂਕਿ ਮੈਂ ਤਕਰੀਬਨ ਜਿਹੜੇ ਸਾਡੇ ਜਿੰਨੇ ਵੀ ਸੀਨੀਅਰ ਬੰਦੇ ਹੈਗੇ ਉਹਨਾਂ ਦੀਆਂ ਇੰਟਰਵਿਊਆਂ ਮੈਂ ਦੇਖਦਾ ਰਹਿੰਦਾ। ਸੋ ਕਿਸੇ ਨੇ ਬਹੁਤ ਸ਼ਾਇਦ ਤੁਸੀਂ ਲੋਕਾਂ ਨੇ ਵੀ ਉਸ ਕਲਾਕਾਰ ਦੀਆਂ ਇੰਟਰਵਿਊ ਦੇਖੀ ਹੋਣੀ ਆ, ਹਰੇਕ ਦੇ ਗੱਲ ਜ਼ਹਿਨ ਦੇ ਵਿੱਚ ਹੋਊਗੀ ਵੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਕਹਿੰਦੇ ਮੈਂ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਘੱਟ ਪੜ੍ਹਦਾ, ਪੜ੍ਹਦੇ ਨੀ ਇਟ ਮੀਨਸ ਇਹ ਨੀ ਵੀ ਤੁਸੀਂ ਪੜ੍ਹ ਕੇ ਵੀ ਤੁਸੀਂ ਬਹੁਤ ਅੱਗੇ ਤੱਕ ਵੀ ਜਾ ਸਕਦੇ ਆ, ਵੀ ਕਈ ਵਾਰ ਜਿਹੜੇ ਨਹੀਂ ਵੀ ਪੜ੍ਹਦੇ ਮਹਾਰਾਜ ਦੀ ਉਹਨਾਂ ਦੇ ਉੱਤੇ ਐਸੀ ਕਿਰਪਾ ਹੁੰਦੀ ਹੈ ਉਹ ਬਹੁਤ ਅੱਗੇ ਤੱਕ ਚਲੇ ਜਾਂਦੇ ਨੇ। ਇਹ ਜ਼ਰੂਰੀ ਨਹੀਂ ਵੀ ਅਸੀਂ ਪੜ੍ਹ ਲਿਖ ਕੇ ਅੱਗੇ ਜਾਣਾ ਹੈ, ਮਿਹਨਤਾਂ ਦੇ ਨਾਲ ਵੀ ਮਿਹਨਤ ਕਰਨੀ ਚਾਹੀਦੀ ਹੈ, ਪਰ ਪੜ੍ਹਾਈ ਵੀ ਇਹਦੇ ਨਾਲ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ, ਜਹਾਜ਼ਾਂ 'ਚ ਘੁੰਮਣਾ ਫਿਰ ਉੱਥੇ ਇੰਗਲਿਸ਼ ਹੀ ਚੱਲਦੀ ਆ, ਉਹ ਵੀ ਜ਼ਰੂਰੀ ਆ, ਪਰ ਮੈਨੂੰ ਵੀ ਥੋੜ੍ਹੀ ਥੋੜ੍ਹੀ ਇੰਗਲਿਸ਼ ਆ ਗਈ ਹੈ। ਦੂਜੀ ਗੱਲ ਇਹ ਮੈਂ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਵੀ ਮੈਨੂੰ ਇੱਕੋ ਗੱਲ ਸਿਰਫ ਹਰਮਨ ਚੀਮੇ ਨੂੰ ਦੇਖ ਕੇ ਤੇ ਉਹਦੇ ਨਾਲ ਆ 2 ਮਹੀਨਿਆਂ ਦਾ ਮੈਂ ਵਿਚ ਰਿਹਾ ਤੇ ਮੈਨੂੰ ਸਿਰਫ ਇੱਕੋ ਗੱਲ ਮੈਨੂੰ ਮੇਰੇ ਜ਼ਬਾਨ ਦੇ ਉੱਤੇ ਆ ਰਹੀ ਹੈ ਵੀ ਕਹਿੰਦੇ ਸੱਚ ਕਹਿ ਗਿਆ ਚਮਕੀਲਾ, ਕਹਿੰਦਾ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਉਂਦਾ। ਸੋ ਇਸ ਕਰਕੇ ਵੀ ਇਹ ਚੀਜ਼ ਜਿਹੜੀ ਚਮਕੀਲਾ ਸਾਹਿਬ ਨੇ ਲਿਖੀ ਹੈ ਬਈ ਬਹੁਤ ਸਿੱਧੀ ਲਿਖੀ ਹੈ ਤੇ ਇਹੀ ਚੀਜ਼ ਮੈਂ 2 ਮਹੀਨਿਆਂ ਦਾ ਇਹ ਗੱਲ ਕਹਿ ਰਿਹਾ ਵੀ ਕਹਿੰਦੇ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਉਂਦਾ ਤੇ ਤੁਸੀਂ ਸਿੱਧੀਆਂ ਪਾਈਆਂ ਨੇ, ਤੁਸੀਂ ਇੱਥੇ ਤੱਕ ਲੈ ਕੇ ਆਏ ਆ, ਤੁਸੀਂ ਇੰਨਾ ਪਿਆਰ ਦੇ ਰੱਬ ਸਿੱਧੀਆਂ ਪਾਉਂਦਾ ਹੈ ਜਿਨ੍ਹਾਂ ਦੇ ਸਾਫ਼ ਹੁੰਦੇ ਨੇ, ਜੇ ਹਿਰਦੇ ਸਾਫ਼ ਹੈ ਤਾਂ ਵਾਹਿਗੁਰੂ ਸਿੱਧੀਆਂ ਪਾਉਂਦਾ। ਇੱਕ ਵਾਰੀ ਫਿਰ ਲਾਸਟ ਤੇ ਜ਼ਿਆਦਾ ਲੰਬਾ ਨਹੀਂ ਕਰਦੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਸਾਰੇ ਆਪਣੇ ਪ੍ਰਮੋਟਰਾਂ ਦਾ, ਗਿੱਲ ਭਾਜੀ ਹੋਣਾ ਦਾ, ਵੀਰੇ ਹੋਣਾ ਦਾ, ਭੁੱਲਰ ਸਾਹਿਬ ਦਾ, ਬਹੁਤ ਬਹੁਤ ਥੈਂਕ ਯੂ ਗਿੱਲ ਵੀਰੇ, ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚਾਇਆ ਸਾਨੂੰ, ਸ਼ੋਅ ਕਰ ਰਹੇ ਹਾਂ ਜੀ, ਬਹੁਤ ਬਹੁਤ ਥੈਂਕ ਯੂ। ਸੋ ਗਾਂ ਵੀ ਆਵਾਂਗੇ ਅਗਲੇ ਸਾਲ ਵੀ, ਇੰਦੀ ਭਾਜੀ ਹੁਣ ਨੋਟ ਕਰ ਲਓ ਅਗਲੇ ਸਾਲ ਵੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਲਵ ਯੂ ਆਲ, ਲਵ ਯੂ ਨਾਲੇ ਚੀਮੇ ਵਾਲਾ, ਤੇ ਬਾਕੀ ਲਵ ਸਾਨੂੰ ਸਾਰੇ ਸਾਥ। To watch more videos, please subscribe Awesome Entertainment and ring the bell for the notification. ਚੰਗੇ ਕਮੈਂਟ ਕਰਿਆ ਕਰੋ ਥੋੜੇ ਜਿਹੇ ਮੋਟੇ, ਕਿਉਂਕਿ ਰੱਬ ਨੇ ਦਿਨ ਜਦੋਂ ਬਦਲਣੇ ਹੁੰਦੇ ਨੇ ਉਹ ਝੁੱਗੀਆਂ ਚੌਂਪੜੀਆਂ ਨੀ ਦੇਖਦਾ ਹੁੰਦਾ, ਉਹ ਮਾੜਾ ਚੰਗਾ ਨੀ ਦੇਖਦਾ ਹੁੰਦਾ। ਹਾਂਜੀ ਸਭਿਆਚਾਰ ਦੇ ਖਿਲਾਫ਼ ਕੁਛ ਬੋਲਿਆ, ਨਾ ਇਹਨੇ ਕਿਸੇ ਨੂੰ ਮਾੜਾ ਚੰਗਾ ਕਿਹਾ, ਇਸ ਕਰਕੇ ਮੇਰਾ ਵੀਰ ਇਹ ਰੱਬ ਦੀ ਦੇਣ ਹੈ ਜੀ, ਇਹ ਅਸੀਂ ਕੁਛ ਨੀ ਕੀਤਾ, ਨਾ ਇੰਦਰ ਵੀਰੇ ਨੇ ਕੁਛ ਕੀਤਾ, ਨਾ ਮੈਂ ਕੁਛ ਕੀਤਾ, ਅਸੀਂ ਕੁਛ ਨੀ ਕੀਤਾ, ਜੇ ਇਹਨੂੰ ਚੱਕਿਆ ਤਾਂ ਉਸ ਪਰਮਾਤਮਾ ਨੇ ਇਹਨੂੰ ਉੱਪਰ ਕੀਤਾ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਰੇ, ਐਂ ਨਾ ਕਰਿਆ ਕਰੋ, ਇਹ ਵੀ ਵਿਚਾਰਾ ਕਿਸੇ ਦਾ ਪੁੱਤ ਆ, ਇਹ ਵੀ ਕਿਸੇ ਐਂ ਗਾਲਾਂ ਨਾ ਕੱਢਿਆ ਕਰੋ, ਹੱਥ ਜੋੜ ਕੇ ਬੇਨਤੀ ਹੈ ਤੁਸੀਂ ਪਲੀਜ਼ ਸਾਰੇ ਜਾਣੇ ਪਿਆਰ ਕਰੋ, ਇਹਨੂੰ ਸਪੋਰਟ ਕਰੋ, ਜੇ ਕੋਈ ਬੰਦਾ ਉੱਪਰ ਉੱਠਦਾ ਉਹਦੇ ਵੱਲ ਦੇਖ ਕੇ ਨਵੀਆਂ ਨਵੀਆਂ ਚੀਜ਼ਾਂ ਵਧੀਆ ਰਿਆਜ਼ ਕਰਕੇ ਲੈ ਕੇ ਆਊਗਾ, ਇਹਨੂੰ ਸਿਖਾ ਵੀ ਇੱਕ ਤਕਰੀਬਨ ਮੈਂ ਵੀ ਜਦੋਂ ਮੈਂ ਲਾਈਵ ਹੁੰਦਾ ਆ ਜਾਂ ਮੈਂ ਕਿਸੇ ਦਾ ਵੀ ਲਾਈਵ ਦੇਖਦਾ ਆ, ਚਾਹੇ ਉਹ ਸਾਡੇ ਅੱਜ ਕਲਾਕਾਰ ਹੀ ਨੇ, ਚਾਹੇ ਆਪਣੇ ਮੇਰੇ ਇਸ ਟਾਈਮ ਮੇਰੀ ਜਿਹੜੀ ਟੀਮ ਦੇ ਜਿਹੜੇ ਆਪਣੇ ਕਹਿੰਦੇ ਮੇਨ ਲੀਡ ਸਿੰਗਰ ਆ, ਚਾਹੇ ਸਾਰਥੀ ਕੇ ਦੇ ਨਾਲ ਉਹ ਲਾਈਵ ਹੋ ਰਿਹਾ, ਚਾਹੇ ਪ੍ਰਦੀਪ ਜੀਨ ਦੇ ਨਾਲ ਲਾਈਵ ਹੋ ਰਿਹਾ, ਚਾਹੇ ਇੰਦਰ ਪੰਡੂਰੀ ਦੇ ਨਾਲ ਹੋ ਰਿਹਾ, ਚਾਹੇ ਮੇਰੇ ਪ੍ਰਮੋਟਰ ਜਿਹੜੇ ਇੱਥੋਂ ਦੇ ਗਿੱਲ ਸਾਹਿਬ ਉਹਨਾਂ ਦੇ ਲਾਈਵ ਹੋ ਰਿਹਾ, ਵੀ ਬਾਈ ਜੀ ਜਿਹੜਾ ਤੁਸੀਂ ਕਮੈਂਟ ਕਰਦੇ ਹੋ ਸੋ ਕਮੈਂਟ ਵੀਰੇ ਜ਼ਰੂਰ ਧਿਆਨ ਨਾਲ ਕਰਿਆ ਕਰਿਓ, ਕਿਉਂਕਿ ਗੱਲ ਹੈਗੀ ਕਮੈਂਟਾਂ ਦੇ ਵਿੱਚ ਸਾਡੀਆਂ ਸਾਡੇ ਪਰਿਵਾਰ ਵੀ ਵੇਖ ਰਹੇ ਨੇ ਉਹ ਕਮੈਂਟ, ਤੇ ਤੁਹਾਡੇ ਪਰਿਵਾਰ ਵੀ ਦੇਖ ਰਹੇ ਨੇ ਵੀ ਇਸ ਚੀਜ਼ ਦੇ ਵਿੱਚ ਵੀ ਮੋਸਟਲੀ ਜਿਹੜੇ ਕਮੈਂਟ ਹੁੰਦੇ ਜੀ ਮੈਨੂੰ ਲੱਗਦਾ ਫੇਕ ਐਡੀ ਹੁੰਦੀਆਂ ਨੇ, ਫੇਕ ਐਡੀ ਹੁੰਦੀਆਂ ਨੇ, ਬਟ ਮੈਨੂੰ ਵਾਚ ਮੋਰ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਬਾਕੀ ਚੰਗਾ ਬੰਦਾ ਹੀ ਕਮੈਂਟ ਨਹੀਂ ਕਰਦਾ ਐਂਡ ਰਿੰਗ ਦਾ ਬੈਲ ਫੋਰ ਦਾ ਨੋਟੀਫਿਕੇਸ਼ਨ, ਜੇ ਪਿਆਰ ਕਰਦਾ ਤੇ ਅਸੀਂ ਇੱਥੇ ਪਹੁੰਚੇ, ਇਹ ਬੰਦਾ ਉਰੇ ਪਹੁੰਚਿਆ ਜੇ ਪਿਆਰ। ਹਾਂਜੀ ਨਾਸਾ ਸੁਣਾ ਦਿਓ ਬਾਈ ਜੀ ਦੁਬਾਰੇ, ਫੇਰ ਇੱਕ ਵਾਰੀ ਜਾਂਦੇ ਜਾਂਦੇ ਨਾਸਾ ਦਾ ਗਾਣਾ ਸੁਣਾਇਆ ਜਾ।
ਓ ਚੀਮਾ ਕਿੱਥੋਂ ਤੱਕ ਮਾਰ ਕਰਦਾ ਲਓ ਜੀ ਇਹ ਟੁੱਟ ਗਿਆ ਸੀ ਦੁਬਾਰਾ ਸੁਣਾਓ ਜੀ ਵਿੱਚ ਫੋਨ ਆ ਗਿਆ ਸੀ ਮੈਨੂੰ ਇੱਕ ਵਾਰੀ ਓਕੇ ਮੈਲਬਰਨ ਤੱਕ ਮਾਰ ਕਰ ਹਾਂ ਅਚਾਨਕ ਨਹੀਂ ਆਉਂਦਾ ਕਦੇ ਚੜ ਕੇ ਪਹਿਲਾਂ ਹੁਸ਼ਿਆਰ ਕਰਦਾ ਹੋ ਭਾਵੇਂ ਨਾਸਾ ਵਾਲਿਆਂ ਤੋਂ ਪੁੱਛ ਲਈ ਓ ਚੀਮਾ ਮੈਲਬਰਨ ਤੱਕ ਮਾਰ ਕਰਦਾ ਇੰਟਰਨੈਸ਼ਨਲ ਪਹਿਲਾ ਸ਼ੋਅ ਹੈ ਜੀ ਉਹ ਸਾਰੇ ਪਹੁੰਚਿਓ ਸਾਰਥੀ ਕੇ ਵੀਰਾ ਸੁਰਾਂ ਦੀ ਆਵਾਜ਼ ਤਕਰੀਬਨ ਪ੍ਰੋਪਰ ਜਿਹੜਾ ਸ਼ੋਅ ਹੈਗਾ ਜੀ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਉਹਨੂੰ ਸਟੈਪ ਬਾਏ ਸਟੈਪ ਰੱਖਿਆ ਜੀ ਸੋ ਤੁਹਾਨੂੰ ਇਹਦੇ ਵਿੱਚ ਸਾਰਥੀ ਕੇ ਦੀਆਂ ਜਿਹੜੀਆਂ ਆਵਾਜ਼ਾਂ ਦੇ ਤੁਸੀਂ ਮਰੀਜ਼ ਆ ਜਾਂ ਤੁਸੀਂ ਉਹਦੀਆਂ ਆਵਾਜ਼ਾਂ ਨੂੰ ਤੁਸੀਂ ਪਿਆਰ ਕਰਦੇ ਆ ਉਸ ਆਵਾਜ਼ਾਂ ਦਾ ਆਨੰਦ ਵੀ ਮਿਲੂਗਾ ਜੋ ਪੰਜਾਬ ਦੇ ਵੱਡੇ ਵੱਡੇ ਸਿੰਗਰਾਂ ਦੀ ਆਵਾਜ਼ਾਂ ਨੂੰ ਪਿਆਰ ਕਰਦੇ ਆ ਸੋ ਉਹਦੇ ਨਾਲ ਨਾਲ ਖਾਨ ਸਾਹਿਬ ਦੀਆਂ ਆਵਾਜ਼ਾਂ ਨੂੰ ਵੀ ਤੁਸੀਂ ਪਿਆਰ ਕਰਦੇ ਆ ਖਾਨ ਸਾਹਿਬ ਦੀਆਂ ਆਵਾਜ਼ਾਂ ਦੇ ਨਾਲ ਵੀ ਤੁਹਾਨੂੰ ਉਸ ਸਟੇਜ ਦੇ ਉੱਤੇ ਅਸੀਂ ਖਾਨ ਸਾਹਿਬ ਨੂੰ ਵੀ ਕਹਾਂਗੇ ਵੀ ਉਹ ਆਵਾਜ਼ਾਂ ਜ਼ਰੂਰ ਸੁਣੋ ਫੁੱਲ ਪੈਕੇਜ ਇੱਕ ਇੰਟਰਟੇਨਮੈਂਟ ਦਾ ਫੁੱਲ ਪੈਕੇਜ ਹੈ ਜੀ ਤੇ ਨਾਲ ਦੀ ਨਾਲ ਤੁਹਾਨੂੰ ਹਰਮਨ ਚੀਮੇ ਦੇ ਜਿਹੜੇ ਗਾਣੇ ਆਏ ਨੇ ਜਿਹਦਾ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਜੀ ਉਹ ਸਾਡਾ ਮੈਂ ਕਹਾਂ ਨੀ ਕਹਾਣੀ ਬਣਨੀ ਕਹਿੰਦਾ ਇੱਕ ਮੇਰਾ ਲਿਖਿਆ ਹੋਇਆ ਸੋਹਣਾ ਲਿਖਿਆ ਹੋਇਆ ਸੀਗਾ ਕਹਿੰਦੇ ਸੀਗੇ ਕਹਿੰਦੇ ਬੰਦੇ ਦੇ ਅੰਦਰ ਕੀ ਹੈ ਇੱਕ ਹੌਸਲਾ ਹੀ ਹੈ ਯਾਰਾ ਬਿਲਕੁਲ ਬੰਦੇ ਅੰਦਰ ਕੁਛ ਨੀ ਕਹਿੰਦੇ ਬੰਦੇ ਅੰਦਰ ਕੀ ਹੈ ਇੱਕ ਹੌਸਲਾ ਹੀ ਹੈ ਯਾਰਾ ਨਾਮ ਯਾਦ ਰੱਖੀ ਸਾਡਾ ਮੇਲ ਹੋਣਗੇ ਦੁਬਾਰਾ ਮੇਲ ਹੋਣਗੇ ਦੁਬਾਰਾ ਦੋਸਤੋ ਰੱਬ ਰਾਖਾ ਲਵ ਯੂ ਸਾਰਿਆਂ ਨੂੰ ਜਿਹਨੇ ਸਾਨੂੰ ਦੇਖ ਰਹੇ ਨੇ ਬਾਈ ਜੀ ਇਹ ਤਾਂ ਜਿਹਨੂੰ ਕਹਿੰਦੇ ਜੀ ਝੁਗਣੇ ਝੋਂਪੜੀਆਂ ਚ ਵੀ ਰੱਬ ਵੱਸਦਾ ਅਮੀਰਾਂ ਗਰੀਬਾਂ ਚ ਵੀ ਰੱਬ ਵੱਸਦਾ ਸਾਰੇ ਕਿਤੇ ਰੱਬ ਹੀ ਹੈ ਜੀ ਬਸ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਫੇਰ ਵੀ ਕਮੈਂਟ ਗੁਰਦੁਆਰਾ ਸਾਹਿਬ ਮੱਥਾ ਟੇਕਣ ਫੇਰ ਉਸ ਤੋਂ ਬਾਅਦ ਸ਼ਾਮ ਨੂੰ ਬਾਈ ਜੀ ਸਾਂਝੀ ਵਾਜ ਰੇਡੀਓ ਤੇ ਇੰਟਰਵਿਊ ਹੈ ਵਾਹਿਗੁਰੂ ਜੀ ਖਾਲਸਾ ਟੂ ਵਾਚ ਮੋਰ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਵਾਸਮ ਐਂਟਰਟੇਨਮੈਂਟ and ring the bell for the notification.